स्वागत है किसान भीरो अपने यूट्यूब चैनल ढिलो डेयरी फार्म बरनाला दे विच। जिहड़े किसान भीर अपने इस यूट्यूब चैनल से पहली बार वीडियो देख रहे हैं उन्होंने रिक्वेस्ट है कि अपने यूट्यूब चैनल जरूर सबसक्राइब कर लियो ते नाल लगे बैल आइकॉन का बटन जरूर प्रेस कर दियो ता जो अपनी हर नवी आने वाली वीडियो का नोटिफिकेशन सब तो पहला तुहानू मिल सके। सो किसी भीर ने इदा दी ऐड करवानी होवे तां तुसीं मेरे नाल कनैक्ट कर सकते हो। मेरा मोबाइल नंबर है 84 270 19 817। सो फिर अज की वीडियो आप चार बेड़ा कवर कर रहे हैं इन्होंने बनती जानकारी तुहाडे नाल सांझी करदे कि दुध है की भाव ते किहड़ा एरिया। सत श्रीकाल भाई। सत श्रीकाल भाई। हाँ जी भाई, नाम ते एड्रेस दस दो जी। पिंड का नाम? नाम रणजीत सिंह जीती, पिंड जिला बरनाला, तहसील तपा। ते मोबाइल नंबर बोल दो जी। 8910 82 98 85 910 82 98 82 98। हाँ जी, चार बेड़ा सेल है जी? चार बेड़ा सेल। चार ही सुइयां होईयां? चार या होनी सुई है। ठीक है ठीक है। हाँ जी, पहले नंबर ते बैठ वीरे, किन्ने मा सुआ सुई है? 1.5 महीना होया सुई नु, तीजे सुई है। ते दुध किन्ना? दुध 17 लीटर तैयार। जमा दो टाइम चवा दोवे? ਸਰ 17 ਲੀਟਰ ਦੁੱਧ ਬਿਲਕੁਲ ਨੈਟ ਤਿਆਰ ਆ ਤੇ ਭਾਅ ਕੀ ਹੈ ਜੀ ਇਹਦਾ? ਭਾਅ ਦਾ 40000। ਮਾਨਦਾਨ ਹੋ ਜੂਗਾ? ਹੋ ਲਿਓ ਬਾਹਰ ਨੂੰ ਜੀ। ਸੋ ਵੀਰੋ 40000 ਰੁਪਏ ਵੀ ਨੇ ਡਿਮਾਂਡ ਕੀਤੀ ਆ। ਵੱਡੀ ਵਿਹੜਾ ਦੋਸਤੋ, ਪਿਓਰ ਐਚ ਐਫ ਦੇ ਵਿੱਚ 1.5 ਮਹੀਨਾ ਸੂਈ ਹੋ ਗਿਆ ਤੇ 17 ਲੀਟਰ ਦਾ ਦੁੱਧ ਦੋਸਤੋ ਨਾਪ ਕੇ ਘਰੋਂ ਲਿਜਾ ਸਕਦੇ ਹੋ ਵੀਰ ਦਿਓ। ਆ ਦੋਸਤੋ ਬੀਡ ਕੁਆਲਿਟੀ ਵਾਲੀ ਪੂਰੀ ਦੋਸਤੋ, ਚੰਗੇ ਮਿਲ ਕੇ ਕਪੈਸਿਟੀ ਵਾਲੀ। ਇਸ ਟਾਈਮ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਦੋਸਤੋ ਸ਼ਾਮ ਦਾ 5 ਵਜੇ ਦਾ ਟਾਈਮ ਆ, ਮਿਲਕਿੰਗ ਇਹਨਾਂ ਦੀ ਹੋਣੀ ਆ। ਐਸਟੀਮੇਟ ਉਸ ਹਿਸਾਬ ਤੇ ਲਾ ਲਿਓ ਦੋਸਤੋ। 26 ਤਰੀਕ ਨੂੰ, 26 ਤਰੀਕ ਹੈ ਵੀਰੇ, 27 ਤਰੀਕ ਨੂੰ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਹਾਂਗੇ। ਆਹ ਥਾਣਾ ਹਵਾਨਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ, ਕੁਆਲਿਟੀ ਵਾਲੀ ਬੈੜਾ ਦੋਸਤੋ। ਗੱਬਣ ਵਗੈਰਾ ਤਾਂ ਨਹੀਂ ਹੋਈ ਵੀਰੇ ਹਲੇ? ਸਰ ਵੀਰੋ ਗੱਬਣ ਇਸ ਨੇ ਹੋ ਜਾਣਾ ਗਾ ਅੱਗੇ। ਆਹ ਬਰੀਡ ਕੁਆਲਿਟੀ ਮੂੰਹ ਮੱਥਾ ਤੇ ਥਾਣ ਹਵਾਨਾ ਨੇੜੇ ਤੋਂ ਦੇਖ ਸਕਦੇ। ਥਾਣ ਥੋੜ੍ਹਾ ਜਿਹਾ ਵੱਡਾ ਦਿਖਾਉਂਦੇ ਬਈ? ਬਰਲਾ ਵੱਡਾ ਉਹੀ ਦਿਖਾਉਂਦੀ ਆ ਬਈ, ਘੱਟ ਵੱਧ ਨਹੀਂ ਹੈਗਾ। ਸਰ ਵੀਰੋ ਘੱਟ ਵੱਧ ਦੁੱਧ ਵੀ ਦਾ ਗਰੰਟੀ ਹੈ ਨਹੀਂ, ਵੈਸੇ ਦੇਖਣ ਥੋੜ੍ਹਾ ਜਿਹਾ ਦਿਖਦਾ ਪਿਆ। ਬਾਂਤਰ ਜੀ ਥੋੜ੍ਹਾ ਵੱਡਾ ਮਿਲਕ ਮੈਨ ਦੋਸਤੋ, ਚੰਗੀ ਜਾਂਦੀ ਆ ਹਵਾਨਾ। ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਦੂਸਰੀ ਸਾਈਡ ਤੋਂ ਵੀ ਦੋਸਤੋ ਦੇਖ ਸਕਦੇ ਹੋ। ਹਵਾਨਾ ਦੋਸਤੋ ਚੰਗਾ ਭਾਰਾ ਗਾ ਤੇ ਮਿਲਕ ਮੈਨ ਦੋਸਤੋ ਨਾਲ ਬਹੁਤ ਚੰਗੀ ਜਾਂਦੀ ਪਿਆ। ਥਾਣ ਵਗੈਰਾ ਵੀ ਦੱਸਦਾ ਜਮਾਂ ਬਿਲਕੁਲ ਓਕੇ ਆ ਦੁੱਧ ਚਵਾਈ ਤੇ 17 ਲੀਟਰ ਦੁੱਧ ਨਾਪ ਕੇ ਤੇ 40000 ਡਿਮਾਂਡ ਪਹਿਲੇ ਨੰਬਰ ਤੇ ਦੋਸਤੋ, 1.5 ਮਹੀਨੇ ਦੀ ਸੂਈ ਹੋਈ। ਹਾਂਜੀ ਵੀਰੇ, ਦੋ ਨੰਬਰ ਤੇ ਜਰਸੀ ਵਾੜੇ, ਕਿੰਨੇ ਵਸੋ ਸੂਈ ਹੈ? ਦੋ ਨੰਬਰ ਤੇ ਜਰਸੀ ਵੀ, ਦੂਜਾ ਸੂਆ ਸੂਈ ਹੈ, 20 ਮਿੰਟ ਹੋਇਆ ਸੂਈ ਹੋਈ। ਪਿੱਛੇ ਬੱਚਾ ਕੀ ਹੈ? ਬੱਚਾ ਵੀਰੇ। ਬੱਚਾ ਹੈਗਾ। ਦੁੱਧ ਕਿੰਨਾ ਪਾਉ ਤੁਹਾਡੇ ਹਿਸਾਬ ਨਾਲ? ਪਾ ਦੋ ਵੀ 16-17 ਲੀਟਰ। ਸਵੇਰੇ ਜੇਰ ਹਲੇ ਇਹਦੀ ਪੈਣੀ ਹੈ, ਲੜ ਚੱਲਿਆ ਹੋਇਆ ਜੇਰ ਦਾ ਤੇ ਵੀਰੇ ਬਰੋਬਰ ਖੜੀ ਮੜਾ ਜਾ। ਆ ਦੋਸਤੋ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ, ਦੋਸਤੋ ਨਿੱਕੀ ਨਹੀਂ ਹੈਗੀ ਇਹ। ਇਹ ਦੋਸਤੋ ਇਹ ਹਿਮਾਚਲ ਵਾਲੇ ਤਾਂ ਹੈ ਨਹੀਂ ਵੀਰੇ? ਨਹੀਂ ਵੀਰੇ, ਪੰਜਾਬ ਵਾਲੀ ਜਰਸੀ ਹੈ, ਡੱਬੀ ਪਿਓਰ ਡੱਬੀ ਜਰਸੀ। ਸਵੇਰੇ ਪਿਓਰ ਡੱਬੀ ਤੇ ਦੁੱਧ ਕਿੰਨਾ ਪਾਉ ਤੇਰੇ ਹਿਸਾਬ ਨਾਲ ਬਈ? 16-17 ਲੀਟਰ। ਸਵੇਰੇ 16-17 ਲੀਟਰ ਦੁੱਧ ਪਾ ਦੋਗੇ, ਬਣਤਰ ਦੋਸਤੋ ਚੰਗੀ ਹੈ। ਬੱਚਿਆਂ ਦੁੱਧ ਨਹੀਂ ਪਿਆ ਜੀ ਹਲੇ? ਹਾਂ ਜੀ ਪਿਆ। ਸਵੇਰੇ ਜਿੰਨੀ ਬਣੀ 20 ਮਿੰਟ ਹੋਇਆ ਸੂਈ ਨੂੰ ਦੋਸਤੋ, ਬੱਚੇ ਨੂੰ ਚੜਦੀ ਪਿਆ ਨੇਚਰਲ ਦੋਸਤੋ ਬਣੀ ਹੋਈ ਆ। ਆ ਤੁਸੀਂ ਆਰਡਰ ਦੀ ਸ਼ੇਪ ਦੋਸਤੋ ਦੇਖ ਸਕਦੇ ਹੋ, ਚੰਗਾ ਦੋਸਤੋ ਹਵਾਨਾ ਦੋਸਤੋ, ਠੰਡੀ ਸੀਲ ਬਹੁਤ ਜ਼ਿਆਦਾ ਹੈਗੀ ਪੂਰੀ ਦੋਸਤੋ, ਸਾਫ਼ ਸੁਥਰੀ ਹੈਗੀ। ਕੱਲਾ ਕੱਲਾ ਦੋਸਤੋ ਥਾਨ ਨਿਕਲਣਾ ਗੈਪ ਤੇ ਲੱਗਿਆ ਤੇ ਤਾਜ਼ੀ ਸੂਈ ਹੈ ਦੋਸਤੋ, ਪੰਜਾਬ ਵਾਲੀ ਜਰਸੀ ਹੈਗੀ। ਕੱਦ ਦੋਸਤੋ ਜਮਣੀ ਦਰਮਿਆਨ ਹੈ ਇਸਦਾ, ਚੰਗੇ ਕੱਦ ਖੜੇ ਵਿੱਚ ਵੀ ਕਹਿੰਦੇ ਛੋਟੇ ਕੱਦ ਵਾਲੀ, ਛੋਟੇ ਕੱਦ ਵਾਲੀ ਦੋਸਤੋ ਨਹੀਂ। ਤੇ ਭਾਅ ਇਹਦਾ ਕੀ ਹੈ ਜੀ? ਭਾਅ ਇਹਦਾ 56000। ਮਾਨਦਾਨ ਹੋ ਜੂਗਾ? ਹੋ ਲਿਓ ਬਾਹਰ ਨੂੰ। ਸੋ ਵੀਰੋ 56000 ਰੁਪਇਆ ਡੱਬੀ ਬੈੜ ਦੋਸਤੋ, ਜਰਸੀ ਦੇ ਵਿੱਚ ਦੂਜਾ ਸੂਆ ਸੂਈ ਹੈ, 16-17 ਲੀਟਰ ਦੋਸਤੋ ਇਹ ਬਾਕੇ ਪਾਊਗੀ ਦੋਸਤੋ। ਹਵਾਨਾ ਦੋਸਤੋ ਬਹੁਤ ਚੰਗਾ ਗਾ, ਤਾਜ਼ੀ ਸੂਈ ਹੈਗੀ ਹਾਲੇ। ਤੇ ਜੇਰ ਵਗੈਰਾ ਪੈਣੀ ਆ, ਜੇਰ ਦੀ ਦਵਾਈ ਵਗੈਰਾ ਦੇ ਦੀ ਵੀਰੇ? ਹਾਂ ਬਈ ਦੇ। ਸਰ ਜੇਰ ਦਾ ਲੜ ਚੱਲਿਆ ਹੋਇਆ, ਜੇਰ ਬਸ 10-20 ਮਿੰਟ 'ਚ ਪੈ ਜਾਣੀ ਆ, ਘੰਟੇ ਖੰਡ 'ਤੇ ਹੀ, ਕਿਉਂਕਿ ਹਲੇ ਖੜੀ ਹੈਗੀ, ਬੈਠੀ ਨਹੀਂ ਸੂਏ ਤੋਂ ਬਾਅਦ। ਅਤੇ ਹਵਾਨਾ ਦੋਸਤੋ ਚੰਗਾ ਗਾ, ਤੁਸੀਂ ਨੇੜੇ ਤੋਂ ਦੇਖ ਸਕਦੇ ਹੋ, ਸਾਫ਼ ਸੁਥਰਾ ਹਵਾਨਾ ਹੈਗਾ। ਅਤੇ ਬੱਚੇ ਦਾ ਕਰਕੇ ਥੋੜ੍ਹਾ ਦੋਸਤੋ ਘੱਟ ਤੁਰਦੀ ਪਈ ਹੈ। ਹੱਥ ਦੇ ਮਾੜੀ ਜੀ। ਆ ਦੋਸਤੋ ਆਰਡਰ ਦੀ ਸ਼ੇਪ ਤੁਸੀਂ ਦੇਖ ਸਕਦੇ ਹੋ, ਸਾਫ਼ ਸੁਥਰਾ ਹਵਾਨਾ ਦੋਸਤੋ, ਤੋਰ ਵਗੈਰਾ ਸਹੀ ਆ ਅਤੇ ਕੱਦ ਕਾਠ ਚੰਗਾ ਹੈਗਾ। ਅਤੇ 16-17 ਲੀਟਰ ਦੁੱਧ ਆਰਾਮ ਨਾਲ ਪਾ ਦੂਗੀ, ਪਿੱਛੇ ਇਸਦੇ ਬੱਚਾ ਹੈਗਾ, ਤਾਜ਼ੀ ਦੋਸਤੋ ਸੂਈ ਹੈ ਨੈੱਟ ਜਮਾਂ। ਆ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ, ਡੱਬੀ ਵਿਹੜਾ ਦੋਸਤੋ ਪੰਜਾਬ ਵਾਲੀ, ਅਤੇ ਡਿਮਾਂਡ ਵੀਰ ਨੇ 56000 ਕੀਤੀ ਆ, ਮੌਕੇ 'ਤੇ ਮਾਣ ਤਾਣ ਤੁਹਾਡਾ ਦੋਸਤ ਹੋ ਜੂਗਾ। ਹਾਂਜੀ ਵੀਰੇ, ਤੀਜੇ ਨੰਬਰ ਵਾਲੀ ਦੀ ਇਹਦੀ ਕੀ ਜਾਣਕਾਰੀ ਹੈ ਜੀ? ਇਹ ਵੀਰੇ ਦੂਜਾ ਸੂਆ ਸੂਈ ਵੀ ਆ। ਦਿਨ ਕਿੰਨੇ ਹੋ ਗਏ ਜੀ? ਇਹਨੂੰ 1.5 ਮਹੀਨਾ ਹੋ ਗਿਆ। ਬੱਚਾ ਕਿਹੜਾ ਜੀ? ਬੱਚਾ ਵੱਡਾ ਬੱਚਾ ਹੈ। ਸੋ ਵੀਰੋ 1.5 ਮਹੀਨਾ ਹੋ ਗਿਆ ਸੂਈ ਨਾਲ, ਤੁਸੀਂ ਬੱਚਾ ਦੇਖ ਸਕਦੇ ਹੋ। ਅਤੇ ਦੁੱਧ ਕਿੰਨਾ ਜੀ? 12 ਲੀਟਰ ਦੁੱਧ 13 ਮਿੰਟ। ਭਾਅ ਜੀ? ਭਾਅ ਵੀਰੇ ਦਾ 30000। ਮਾਨਤਾਨ ਹੋ ਜੂਗਾ? 12 ਲੀਟਰ ਦੁੱਧ ਜਮਾਂ ਰੈਡੀ ਆ। ਸੋ ਵੀਰੋ 12 ਲੀਟਰ ਦੁੱਧ ਰੈਡੀ ਆ, 1.5 ਮਹੀਨਾ ਹੋ ਗਿਆ ਸੂਈ ਨੂੰ। ਬੱਚਾ ਦੋਸਤੋ ਇਸਦੇ ਨਾਲ ਆ। ਆ ਥਾਣ ਹਵਾਨਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ, ਸਾਫ਼ ਸੁਥਰੇ ਹਵਾਨੇ ਦੇ ਵਿੱਚ। ਡਿਮਾਂਡ 30000 ਰੁਪਈਆ ਹੈਗੀ ਇਹਦੀ। ਆ ਦੋਸਤੋ ਪਿੱਠ ਪੁੱਟ ਦੀ ਬਣ ਤਾਂ ਤੁਸੀਂ ਦੇਖ ਸਕਦੇ ਹੋ, 3 ਨੰਬਰ 'ਤੇ ਬੈੜ ਆ ਗਈ, 12 ਕਿਲੋ ਦੁੱਧ ਆ ਅਤੇ 1.5 ਮਹੀਨੇ ਦੀ ਸੂਈ ਹੋਈ ਆ। ਥਾਣ ਹਵਾਨਾ ਤੁਹਾਡੇ ਸਾਹਮਣੇ, ਡਿਮਾਂਡ ਇਹਦੀ 30000 ਰੁਪਏ ਦੋਸਤੋ। 30000 ਦੇ ਵਿੱਚ ਮੌਕੇ 'ਤੇ ਮਾਣ ਤਾਣ ਹੋ ਜੂਗਾ, 12 ਲੀਟਰ ਦੁੱਧ। ਥਾਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ, ਸਾਫ਼ ਸੁਥਰਾ ਹਵਾਨਾ ਹੈਗਾ। ਅਤੇ ਕਰੋਸ ਅੰਗ ਦੇ ਵਿੱਚ ਦੋਸਤੋ ਇਹ ਆ ਗਈ, ਪਿੱਛੇ ਬੱਚਾ ਹੈਗਾ, ਡਿਮਾਂਡ 30000 ਰੁਪਏ ਦੀ। ਹਾਂਜੀ ਵੀਰੇ, 4 ਨੰਬਰ 'ਤੇ ਬੈੜ, ਇਹਦੀ ਕੀ ਜਾਣਕਾਰੀ ਹੈ? ਇਹ ਵੀ ਦੂਜਾ ਸੂਆ ਸੂਈ ਹੈ, 15 ਕਿਲੋ ਸੂਈ। ਇਹਦਾ ਬੱਚਾ ਜੀ?
ਪਰ ਡੱਬਾ ਬੱਚਾ ਦੇਖ ਸਕਦੇ 15 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿਹੜਾ ਤੇ ਸੂਆ ਕਿੰਨਾ ਜੀ ਸੂਆ ਦੂਜਾ ਸੂਆ ਦੂਜਾ ਹੈਗਾ ਤੇ 15 ਕਿਲੋ ਦੁੱਧ ਹੈ ਜੀ 15 ਲੈ ਬਾਹਰ ਨੂੰ ਲੈ ਤੇ ਭਾਅ ਇਹਦਾ ਕੀ ਹੈ ਜੀ ਭਾਅ ਇਹਦਾ 40 ਸਿਰ 40,000 ਰੁਪਏ ਡਿਮਾਂਡ ਆ ਮਾਨਦਾਨ ਤੁਹਾਡਾ ਹੋ ਜਾਊਗਾ ਅਦੋ ਤਾਂ 4 ਨੰਬਰ ਵਾਲੀ ਬੈਠਦਾ ਤੁਸੀਂ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ 15 ਦਿਨ ਹੋ ਗਏ ਸੂਈ ਨੂੰ ਆ ਥਣ ਹਵਾਨਾ ਤੁਹਾਡੇ ਸਾਹਮਣੇ ਦੋਸਤੋ ਥਣ ਹਵਾਨਾ ਦੋਸਤੋ ਪੂਰਾ ਬਿਲਕੁਲ ਓਕੇ ਦੋਸਤੋ ਗੁੰਦ ਵਾਜਾ ਵਾਜਾ ਚਿਣ ਚਿਣ ਕੇ ਲੱਗਿਆ ਹੋਣਾ ਜਿਵੇਂ ਜੀ ਸਾਫ਼ ਸੁਥਰਾ ਹਵਾਨਾ ਹੈਗਾ ਅਤੇ 40,000 ਰੁਪਇਆ ਵੀਰ ਵੱਲੋਂ ਡਿਮਾਂਡ ਕੀਤੀ ਗਈ ਆ 15 ਦਿਨ ਸੂਈ ਹੋਈ ਆ ਅਤੇ 15 ਕਿਲੋ ਹੀ ਦੁੱਧ ਹੈਗਾ ਦੋਸਤੋ ਥਣ ਰੋਕੇ ਵੀਰੇ ਦੋਸਤੋ ਥਣ ਹਵਾਨਾ ਤੁਸੀਂ ਨੇੜ ਤੋਂ ਦੇਖ ਸਕਦੇ ਹੋ ਸੀਲ ਠੰਡੀ ਦੋਸਤੋ ਬਹੁਤ ਸੀਲ ਠੰਡੀ ਦੋਸਤੋ ਬਹੁਤ ਜ਼ਿਆਦਾ ਕਿਆ ਬਾਤ ਆ ਦੋਸਤੋ ਸੀਲ ਠੰਡੀ ਦੋਸਤੋ ਬਹੁਤ ਜ਼ਿਆਦਾ 40,000 ਰੁਪਏ ਡਿਮਾਂਡ ਆ ਥੋੜੀ ਕ੍ਰੋਸ ਦੇ ਵਿੱਚ ਹੈਗੀ ਮੌਕੇ 'ਤੇ ਮਾਨਦਾਨ ਤੁਹਾਡਾ ਹੋ ਜਾਊਗਾ 15 ਕਿਲੋ ਦੁੱਧ ਦੋਸਤੋ ਰੈਡੀ ਆ ਅਤੇ 15 ਦਿਨਾਂ ਦੀ ਸੂਈ ਆ ਪਿੱਛੇ ਬੱਛਾ ਇਸ ਦੇ ਹਾਂਜੀ ਵੀਰ ਮੋਬਾਈਲ ਨੰਬਰ ਇੱਕ ਵਾਰੀ ਫਿਰ ਬੋਲ ਦੇ 85910 ਸੋ ਵੀਰੋ ਅੱਜ ਦੀ ਵੀਡੀਓ ਵਿੱਚ 4 ਬੈੜਾਂ ਦੋਸਤੋ ਚਾਰੇ ਸੂਈਆਂ ਹੋਈਆਂ ਦੂਜੇ ਨੰਬਰ ਵਾਲੀ ਦੋਸਤੋ ਜਰਸੀ ਆ ਪੰਜਾਬ ਵਾਲੀ ਡੱਬੀ ਤਾਜ਼ੀ ਸੂਈ ਹੋਈ ਆ 4 ਨਾਗ ਵੀਰ ਕੋਲ ਫੋਰ ਸੇਲ ਆ ਇਹਨਾਂ 4 ਨਾਗਾਂ ਦੇ ਵਿੱਚੋਂ ਕੋਈ ਵੀ ਨਾਗ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਸੋ ਬਣੇ ਰਹੇ ਆਪਣੇ ਯੂਟਿਊਬ ਚੈਨਲ 'ਤੇ ਲੋੜੇਰੀ ਫਾਰਮ ਬਰਨਾਲਾ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ